ಸಂಪದೇಶ್ವರ ಗುಣಾ ಕಲಿತ್ಯ ಹೇ ಗಂಗ ಹೃದಯ ಪ್ರದಾಸ್ ನಮ ದಸಾ
ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਬਜ਼ੁਰਗ ਸਰਦਾਰ ਜੰਗ ਸਿੰਘ ਗੁਰਾਂ ਦੀ ਅੰਤਿਮ ਅਰਦਾਸ ਦੇ ਵਿੱਚ ਸਮੁੱਚੇ ਇਲਾਕੇ ਦੀ ਲੀਡਰਸ਼ਿਪ, ਵੱਖ ਵੱਖ ਪਾਰਟੀਆਂ ਦੇ ਰਾਜਨੀਤਿਕ ਆਗੂ, ਧਾਰਮਿਕ ਆਗੂ ਇੱਥੇ ਪਹੁੰਚੇ ਸੀ। ਜੰਗ ਸਿੰਘ ਗੁਰਾਂ ਨੇ ਜੋ ਸਮਾਜ ਲਈ, ਜੋ ਪਰਿਵਾਰ ਲਈ ਕੀਤਾ, ਉਸ ਦੇ ਉੱਪਰ ਵੱਖ ਵੱਖ ਬੁਲਾਰਿਆਂ ਨੇ ਬਹੁਤ ਜ਼ਿਆਦਾ ਖੁੱਲ੍ਹੇ ਤਰੀਕੇ ਨਾਲ ਚਾਨਣਾ ਪਾਇਆ। ਆ ਸਰਦਾਰ ਜੰਗ ਸਿੰਘ ਸਾਡੇ ਇਲਾਕੇ ਦੀ ਬੜੀ ਸਤਿਕਾਰਯੋਗ ਸ਼ਖਸੀਅਤ ਸਨ। ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਆਪਣੇ ਪਰਿਵਾਰ ਨੂੰ ਆਰਥਿਕ ਤੌਰ 'ਤੇ ਬਹੁਤ ਮਜ਼ਬੂਤ ਕੀਤਾ। ਅੱਜ ਐਗਰੀਕਲਚਰ ਦੇ ਵਿੱਚ, ਖੇਤੀਬਾੜੀ ਦੇ ਤੌਰ 'ਤੇ ਇਸ ਪਰਿਵਾਰ ਦਾ ਨਾਂ ਸਾਡੇ ਇਲਾਕੇ ਵਿੱਚ ਨਹੀਂ, ਸਾਡੇ ਜ਼ਿਲ੍ਹੇ ਵਿੱਚ ਪੂਰੇ ਮਾਣ ਅਤੇ ਸਤਿਕਾਰ ਨਾਲ ਲਿਆ ਜਾਂਦਾ। ਇਸ ਪਰਿਵਾਰ ਨੇ ਖੇਤੀਬਾੜੀ ਨੂੰ ਇੱਕ ਵਧੀਆ ਤਰੀਕੇ ਨਾਲ ਲਾਹੇਵ ਧੰਦਾ ਬਣਾ ਕੇ ਨਵੀਂ ਟੈਕਨੀਕ ਨਾਲ ਕਰਕੇ ਸਾਡੇ ਇਲਾਕੇ ਨੂੰ ਇੱਕ ਨਵੀਂ ਸੇਧ ਦਿੱਤੀ ਹੈ। ਅੱਜ ਸਰਦਾਰ ਜੰਗ ਸਿੰਘ ਹੋਰਾਂ ਦੇ ਜਾਣ ਨਾਲ ਸਾਡੇ ਇਸ ਪਰਿਵਾਰ ਨੂੰ ਜਿੱਥੇ ਘਾਟਾ ਪਿਆ, ਉੱਥੇ ਸਾਡੇ ਇਲਾਕੇ ਨੂੰ, ਸਮੁੱਚੇ ਇਲਾਕੇ ਨੂੰ, ਸਮੁੱਚੀ ਪੰਚਾਇਤ ਖੜ੍ਹੀ ਹੈ, ਸਾਰੇ ਪਰਿਵਾਰ ਨੂੰ, ਸਾਰੇ ਨਗਰ ਨੂੰ ਬਹੁਤ ਵੱਡਾ ਘਾਟਾ ਪਿਆ। ਜਿੱਥੇ ਉਹਨਾਂ ਦੇ ਹੋਣਹਾਰ ਸਪੁੱਤਰਾਂ ਨੂੰ, ਸਰਦਾਰ ਕਰਮਜੀਤ ਸਿੰਘ ਹੋਰਾਂ ਨੂੰ, ਸਰਦਾਰ ਗੁਰਜੰਟ ਸਿੰਘ ਹੋਰਾਂ ਨੂੰ, ਪਰ ਉਹਨਾਂ ਦੀ ਹੋਣਹਾਰ ਸਪੁੱਤਰੀ ਬੀਬੀ ਹਰਪ੍ਰੀਤ ਕੌਰ ਨੂੰ ਬਹੁਤ ਵੱਡਾ ਪਰਿਵਾਰਕ ਘਾਟਾ ਪਿਆ। ਉੱਥੇ ਇੱਕ ਸਾਡੇ ਕੋਲ ਬਹੁਤ ਦੂਰ ਅੰਦੇਸ਼ੀ ਵਿਅਕਤੀ ਅੱਜ ਦੂਰ ਚਲੇ ਗਏ ਨੇ, ਜਿਨ੍ਹਾਂ ਦਾ ਨਾਂ ਪੂਰਾ ਹੋਣ ਵਾਲਾ ਘਾਟਾ ਪਿਆ। ਮੈਂ ਗੁਰੂ ਸਾਹਿਬ ਵੱਲੋਂ, ਸਮੁੱਚੀ ਸੰਗਤ ਵੱਲੋਂ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਗੁਰੂ ਸਾਹਿਬ ਉਹਨਾਂ ਨੂੰ ਆਪਣੇ ਚਰਨਾਂ 'ਚ ਅਰਦਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇੱਕ ਜਨਤਾ ਦੇ ਸੇਵਕ, ਕਿਰਤੀ ਕਿਸਾਨ, ਜਿਹੜੇ ਕਿ ਜਨਤਾ ਦੇ ਨਾਲ ਨਾਲ ਗੁਰੂ ਘਰ ਦੇ ਪ੍ਰੇਮੀ, ਜਿਸ ਕਰਕੇ ਅੱਜ ਆਪਾਂ ਸਾਰੀ ਸੰਗਤ ਇਕੱਤਰ ਹੋਏ ਹਾਂ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਉਹਨਾਂ ਨੇ ਇੰਨੀਆਂ ਤਰੱਕੀਆਂ ਕੀਤੀਆਂ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੀ ਆਪਾਂ ਨੂੰ ਇਹ ਪਿਆਰ ਬਖਸ਼ਿਆ। ਜਿਸ ਪਿਆਰ ਸਰਦਾਰ ਜੰਗ ਸਿੰਘ ਉਹਨਾਂ ਦੀ ਜੋ ਜੀਵਨੀ ਹੈ, ਉਹ ਇੱਕ ਬਹੁਤ ਹੀ ਸੱਚੇ ਸੁੱਚੇ ਇਨਸਾਨ ਅਤੇ ਵਧੀਆ ਕਿਸਾਨ ਔਰ ਵਧੀਆ ਸਮਾਜ ਸੇਵਕ, ਜਿਨ੍ਹਾਂ ਨੇ ਇੱਥੇ ਅੱਜ ਪਿੰਡ ਦੇ ਵਿੱਚ ਜੋ ਪੈੜਾਂ ਪਾਈਆਂ ਨੇ, ਉਹ ਸੰਦੇਸ਼ਾਂ ਯਾਦ ਰਹਿਣਗੀਆਂ ਅਤੇ ਉਹਨਾਂ ਨੂੰ ਹਰ ਇੱਕ ਥਾਂ ਦੇ ਉੱਤੇ ਯਾਦ ਕੀਤਾ ਜਾਊਗਾ। ਇਸ ਲਈ ਮੈਂ ਸਮੂਹ ਸੰਗਤ ਦਾ ਜਿੱਥੇ ਅਸੀਂ ਧੰਨਵਾਦ ਕਰਦੇ ਹਾਂ, ਉੱਥੇ ਪਰਿਵਾਰ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਅਤੇ ਭਾਣਾ ਮੰਨਣ ਦਾ ਬਲ ਬਖਸ਼ੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂਰਦੇਵੋ ਮਹੇਸ਼ਵਰ ਗੁਰੂਰ ਸਾਕਸ਼ਾਦ ਪਰਮ ਬ੍ਰਹਮ ਤਸਮੈ ਸ਼੍ਰੀ ਗੁਰਵੇ ਨਮਃ। ਕ੍ਰਿਸ਼ਨਾਯ ਵਾਸੁਦੇਵਾਯ ਦੇਵਕੀ ਨੰਦਨਾਯ ਚ ਨੰਦਗੋਪ ਪ੍ਰਸੂਤਾਯ ਸ਼੍ਰੀ ਗੋਵਿੰਦਾਯ ਨਮੋ ਨਮਃ। ਮੰਗਲੰ ਭਗਵਾਨ ਵਿਸ਼ਨੋ ਗੋਵਿੰਦੰ ਭਜ ਮੂਢਮਤੇ ਦਿਨਰਪਿ ਰਜਨੀਸ਼ਾਯ ਪ੍ਰਾਤ ਸ਼ਿਸ਼ਿਰ ਵਸੰਤੋ ਪੁਨਰਾਯਾਤ ਦਿਨਰਪਿ ਰਜਨੀਸ਼ਾਯ ਪ੍ਰਾਤ ਸ਼ਿਸ਼ਿਰ ਵਸੰਤੋ ਪੁਨਰਾਯਾਤ ਕਾਲ ਕ੍ਰੀੜਤੀ ਗਛਤਿ ਆਯੋ ਤਨ ਬਿਨ ਮੁੰਚਤਿ ਆਸ਼ਾਵਾਯੋ। ਭਜ ਗੋਵਿੰਦੰ ਭਜ ਗੋਵਿੰਦੰ ਗੋਵਿੰਦੰ ਭਜ ਮੂਢਮਤੇ ਭਜ ਗੋਵਿੰਦੰ ਭਜ ਗੋਵਿੰਦੰ। ਗੋਗਲੀ ਮਸੀਹਾ
समाज के लिए, देश के लिए बहुत इन्होंने अपने जीवन में अपने जीवन को जो है समर्पण किया। ऐसे धर्मात्मा श्री स्वर्गीय सुदेश गई जी आज हम सबको, इस परिवार को, सभी को छोड़ करके पंच तत्वों में विलीन हो गए हैं। उनकी कृति, उनका योगदान, उनकी सेवा इस समाज में, आप हम सब में हमेशा जो जीवित रहेगी। मनुष्य शरीर से चले जाता है पर उसके योगदान, उसकी कृतियाँ हमेशा जो है आपके हमारे बीच में रहती हैं। उनका प्यार, उनका योगदान बढ़ जाइए तेरे ਕੌਂਸਲ ਬਲਾਚੌਰ, ਉਹਨਾਂ ਦੇ ਨਾਲ ਉਹਨਾਂ ਦੇ ਬ੍ਰਦਰ ਰਜੇਸ਼ ਘਈ ਮਿੰਟੂ ਜੀ, ਉਹ ਸਾਡੇ ਦਰਮਿਆਨ ਇੱਥੇ ਹਾਜ਼ਰ ਹਨ। ਉਹਨਾਂ ਦੇ ਸਾਰੇ ਪਰਿਵਾਰ ਨੇ ਲਾਲਾ ਜੀ ਦੀ ਜੋ ਸੇਵਾ ਕੀਤੀ ਹੈ ਉਹ ਕਿਸੇ ਤੋਂ ਲੁਕੀ ਛਿਪੀ ਹੋਈ ਨਹੀਂ। ਲਾਲਾ ਜੀ ਨੇ ਜੋ ਪਿਆਰ ਕਮਾਇਆ ਸੰਗਤ ਦੇ ਰੂਪ ਦੇ ਵਿੱਚ ਉਹ ਤੁਸੀਂ ਸਾਰੇ ਦੇਖਦੇ ਹੋ। ਕੁਝ ਮਿੰਟਾਂ ਦੇ ਵਿੱਚ ਆਪਾਂ ਨੇ ਇਹ ਜਿਹੜਾ ਸਮਾਗਮ ਹੈ ਉਸ ਦੀ ਸਮਾਪਤੀ ਹੋ ਜਾਣੀ ਹੈ। 10-15-20 ਮਿੰਟ ਦਾ ਸਮਾਂ ਸੰਗਤ ਇਸੇ ਤਰ੍ਹਾਂ ਸਾਨੂੰ ਸਹਿਯੋਗ ਕਰੇ। ਮੈਂ ਸਿਰਫ 5-4 ਬੁਲਾਰੇ ਜਿਨ੍ਹਾਂ ਦਾ ਪਰਿਵਾਰ ਦੇ ਨਾਲ ਬਹੁਤ ਨੇੜਲਾ ਸੰਬੰਧ ਹੈ ਉਹਨਾਂ ਨੂੰ ਹੀ ਬੇਨਤੀ ਕਰਾਂਗਾ ਕਿ ਉਹ ਆ ਕੇ ਮੰਚ ਤੋਂ ਆਪਣੇ ਅਤੇ ਉਹ ਮੌਤ
ਪਰਿਵਾਰ ਦਾ ਸਮਾਜ ਦਾ ਇਲਾਕੇ ਦਾ ਲੱਕ ਤੋੜ ਦਿੰਦੀ ਹੈ ਅਤੇ ਮੌਤ ਬਹੁਤ ਭਾਰੀ ਹੁੰਦੀ ਹੈ। ਲਾਲਾ ਜੀ ਦੀ ਮੌਤ ਸੱਚਮੁੱਚ ਪਰਬਤ ਜਿੰਨੀ ਭਾਰੀ ਹੈ। ਜੇ ਮੈਂ ਮੌਤ ਦੀ ਗੱਲ ਕਰਾਂ, ਮੌਤ ਇੱਕ ਪਹਚਾਤਾਪ ਹੈ। ਜੇ ਤੁਸੀਂ ਕਿਸੇ ਦਾ ਬਜ਼ੁਰਗ ਬਿਮਾਰ ਹੋ ਜਾਵੇ, ਉਹਦੀ ਬਹੁਤ ਸੇਵਾ ਕਰੀਏ, ਉਹਨੂੰ ਦੁਨੀਆ ਦੇ ਸਾਰੇ ਹਸਪਤਾਲਾਂ 'ਚ ਲਿਜਾ ਕੇ ਜਾਈਏ ਅਤੇ ਆਖਰ ਵਿੱਚ ਡੈਥ ਹੋ ਜਾਵੇ, ਪਹਚਾਤਾਪ ਹੁੰਦਾ ਵੀ ਅਸੀਂ ਬਹੁਤ ਉਪਰਾਲਾ ਕੀਤਾ, ਸਾਡਾ ਮਿਹਨਤ ਦਾ ਫਲ ਨਹੀਂ ਮਿਲਿਆ। ਅਤੇ ਜਿਵੇਂ ਲਾਲਾ ਜੀ ਦੀ ਮੌਤ ਹੋਈ ਹੈ, ਸਾਨੂੰ ਇਲਾਜ ਕਰਾਉਣ ਲਈ, ਸਾਨੂੰ ਬਾਹਰ ਲਿਜਾਣ ਲਈ ਸਮਾਂ ਨਾ ਮਿਲੇ, ਅਚਨਚੇਤ ਮੌਤ ਹੋ ਜਾਵੇ, ਤਾਂ ਉਹ ਤੋਂ ਵੀ ਵੱਡਾ ਪਛਤਾਵਾ ਹੁੰਦਾ ਹੈ। ਅੱਜ ਜਿੰਨੇ ਵੀ ਲੋਕ, ਇਹਨਾਂ 'ਚ ਮੈਂ ਵੀ ਸ਼ਾਮਿਲ, ਇੱਕ ਸਿੱਖਣ ਦੀ ਲੋੜ ਅੱਜ। ਸੱਚਮੁੱਚ ਇਨਸਾਨ ਦੋ ਕਮਾਈਆਂ ਕਰਦਾ, ਦੋ ਕਮਾਈਆਂ ਕਿਹੜੀਆਂ ਕਰਦਾ, ਬੇਅੰਤ ਅਥਾਹ ਪੈਸਾ ਕਮਾਉਣ ਦੀ ਗੱਲ ਕਰਦਾ ਇਨਸਾਨ। ਮੈਂ ਸਮਝਦਾ ਅੱਜ ਦਾ ਇਕੱਠ, ਉਹਨਾਂ ਦਾ ਪਿਆਰ, ਟਿੰਕੂ ਜੀ ਤੁਹਾਡੀ ਲੋਕਾਂ ਨਾਲ ਮਿੱਤਰਤਾ, ਇਹ ਸਾਬਤ ਕਰਦੀ ਆ ਕਿ ਪੈਸੇ ਦੀ ਕਮਾਈ ਇਸ ਇਕੱਠ ਦੇ ਅੱਗੇ, ਤੁਹਾਡੇ ਪਿਆਰ ਦੇ ਅੱਗੇ, ਲਾਲਾ ਜੀ ਦੇ ਸਨੇਹ ਦੇ ਅੱਗੇ ਬਿਲਕੁਲ ਜ਼ੀਰੋ ਆ। ਆਹ ਅਸਲੀ ਕਮਾਈ ਆ। ਮੈਂ ਟਿੰਕੂ ਜੀ ਨੂੰ ਕੱਲ੍ਹ ਕਿਹਾ, ਟਿੰਕੂ ਜੀ ਬੇਸ਼ੱਕ ਤੁਸੀਂ ਰਾਜਨੀਤੀ ਦੇ ਵਿੱਚ ਬਹੁਤ ਉੱਪਰ ਆ, ਤੁਸੀਂ ਸਾਡੇ ਸ਼ਹਿਰ ਦੇ ਪ੍ਰਧਾਨ ਆ, ਪਰ ਤੁਹਾਡੇ ਤੋਂ ਵੱਧ ਕਮਾਈ ਤੁਹਾਡੇ ਪਿਤਾ ਜੀ ਨੇ ਕੀਤੀ। ਵੀ ਲੋਕ ਜਿਹੜੇ ਵੀ ਮਿਲਦੇ ਆ ਇੱਕੋ ਗੱਲ ਕਹਿੰਦੇ ਆ ਵੀ ਲਾਲਾ ਸੁਦੇਸ਼ ਜੀ ਇਹ ਕਿੰਨੇ ਵਧੀਆ ਇਨਸਾਨ ਸਨ। ਪਰ ਅਸੀਂ ਸਾਰੇ ਜਾਣਦੇ ਹਾਂ ਕਿ ਇਹ ਦੁਨੀਆ 'ਚ ਆਉਣਾ ਜਾਣਾ, ਸਾਡੇ ਸਵਾਸ ਕਿਸ ਹਿਸਾਬ ਨਾਲ ਲਿਖੇ ਹਨ ਉਸ ਪਰਮਾਤਮਾ ਨੂੰ ਪਤਾ ਹੈ। ਲੇਕਿਨ ਇਨਸਾਨ ਦੇ ਜਨਮ ਤੋਂ ਲੈ ਕੇ ਇਸ ਦੁਨੀਆ ਦੇ ਜਾਣ ਤੱਕ ਇੱਕ ਲੇਖਾ ਜੋਖਾ ਜੋ ਸਾਰਾ ਸਮਾਜ ਕਰਦਾ ਹੈ, ਅੱਜ ਇਸ ਗੱਲ ਨੂੰ ਅਸੀਂ ਬੜੇ ਮਾਣ ਦੇ ਨਾਲ ਕਹਿ ਸਕਦੇ ਹਾਂ ਕਿ ਸਾਡਾ ਉਹ ਵੀਰ ਜਿਸ ਪਰਿਵਾਰ 'ਚ ਜਨਮਿਆ, ਅਖੀਰ ਜਾਣ ਤੱਕ ਉਸ ਪਰਿਵਾਰ ਲਈ ਉਸਨੇ ਉੱਦਾਂ ਦੇ ਕੰਮ ਕੀਤੇ ਕਿ ਅੱਜ ਸਾਰਾ ਸਮਾਜ ਆ ਬੈਠਾ ਜੋ ਇਸ ਚੀਜ਼ ਦੀ ਹਾਮੀ ਭਰਦਾ ਕਿ ਸੁਦੇਸ਼ ਭਰਾ ਜੀ ਨੇ ਹਰ ਵਿਅਕਤੀ ਦੇ ਦੁੱਖ ਸੁੱਖ ਦੇ ਵਿੱਚ ਬਰਾਬਰ ਖੜ ਕੇ ਉਹਦਾ ਸਾਥ ਦਿੱਤਾ। ਔਰ ਉਸ ਦਿਨ ਵੀ ਬੜੀ ਹੈਰਾਨੀ ਦੀ ਗੱਲ ਹੈ ਕਿ ਕਿਸੇ ਦੇ ਸੰਸਕਾਰ ਤੋਂ ਵਾਪਸ ਆਏ ਔਰ ਜਦੋਂ ਵੀ ਕਿਸੇ ਨੇ ਇਹ ਗੱਲ ਸੁਣੀ, ਹਰ ਇੱਕ ਨੇ ਇਹੀ ਗੱਲ ਕਿਹਾ ਕਿ ਮੈਨੂੰ ਬਾਜ਼ਾਰ 'ਚ ਆਉਂਦੇ ਆਉਂਦੇ ਸਕੂਟਰ ਖੜ੍ਹਾ ਕਰਕੇ ਵੀ ਹਰ ਬੰਦੇ ਨਾਲ ਹੱਥ ਕਿਸੇ ਨਾਲ ਮਿਲਾ ਕੇ, ਕਿਸੇ ਨੂੰ ਨਮਸਤੇ ਕਹਿ ਕੇ, ਕਿਸੇ ਬੱਚੇ ਨੂੰ ਪਿਆਰ ਦੇ ਕੇ ਉਸ ਤੋਂ ਬਾਅਦ ਘੜੀ 'ਚ ਹੋਏ ਹਾਂ। ਸਾਡੇ ਬਹੁਤ ਹੀ ਸਤਿਕਾਰਯੋਗ ਸੁਦੇਸ਼ ਕਈ ਜੀ, ਜਿਹੜੇ ਕਿ ਅਚਾਨਕ ਸਾਨੂੰ ਸਾਰਿਆਂ ਨੂੰ ਸੰਜੀਵੀ ਵਿਛੋੜਾ ਦੇ ਕੇ ਇਸ ਦੁਨੀਆ ਤੋਂ ਚਲੇ ਗਏ। ਜਿਵੇਂ ਮੇਰੇ ਤੋਂ ਪਹਿਲਾਂ ਬੁਲਾਰਿਆਂ ਨੇ ਦੱਸਿਆ ਕਿ ਕੋਈ ਇਹੋ ਜਿਹੀ ਗੱਲ ਨਹੀਂ ਸੀ, ਬਿਲਕੁਲ ਠੀਕ ਸੀ ਸਿਹਤ ਉਹਨਾਂ ਦੀ, ਸਾਰੀ ਆਪਣੀ ਰੂਟੀਨ ਫੋਲੋ ਕੀਤੀ, ਲੋਕਾਂ ਨੂੰ ਮਿਲ ਕੇ ਆਏ, ਸੈਰ ਕੀਤੀ, ਖਾਣਾ ਖਾ ਰਹੇ ਸੀ, ਪਰ ਜਿਵੇਂ ਪਰਮਾਤਮਾ ਨੂੰ ਕੁਛ ਹੋਰ ਮਨਜ਼ੂਰ ਸੀ, ਇੱਕ ਬਹਾਨਾ ਬਣ ਗਿਆ ਔਰ ਉਹ ਚਲੇ ਗਏ। ਮੈਂ ਜ਼ਿਆਦਾ ਲੰਬਾ ਲੈਕਚਰ ਨਹੀਂ ਦਊਂਗਾ ਕਿਉਂਕਿ ਸਮਾਂ ਪਹਿਲਾਂ ਹੀ ਬਹੁਤ ਜ਼ਿਆਦਾ ਹੋ ਚੁੱਕਿਆ ਔਰ ਜਿਹੜੀਆਂ ਗੱਲਾਂ ਮੇਰੇ ਤੋਂ ਪਹਿਲਾਂ ਸਾਰਿਆਂ ਨੇ ਕੀਤੀਆਂ, ਗੱਲਾਂ ਤਾਂ ਉਹੀ ਆ ਸਾਰੀਆਂ। ਮੈਂ ਸਿਰਫ ਇੰਨਾ ਕਹਿ ਸਕਦਾ ਕਿ ਅੱਜ ਦਾ ਜਿਹੜਾ ਇਕੱਠ ਆ ਇਹਨੂੰ ਦੇਖ ਕੇ ਪਤਾ ਚੱਲਦਾ ਕਿ ਇਸ ਪਰਿਵਾਰ ਦੀ ਸਮਾਜ ਵਿੱਚ ਕੀ ਛਵੀ ਆ, ਕੀ ਇਹਨਾਂ ਦੀ ਕਮਾਈ ਆ। ਤਕਲੀਫ ਹੀ ਨਹੀਂ, ਮੈਂ ਜਾਣਾ ਹੀ ਨਹੀਂ ਹੈਗਾ, ਪਰ ਨਹੀਂ ਇਹਨਾਂ ਨੇ ਫਿਰ ਭੇਜੇ ਉੱਥੇ, ਸਾਰੀਆਂ ਰਿਪੋਰਟਾਂ ਠੀਕ ਆਈਆਂ, ਕੋਈ ਉਹਨਾਂ ਨੂੰ ਦੁੱਖ ਨਹੀਂ ਸੀਗਾ, ਕੋਈ ਬਿਮਾਰੀ ਨਹੀਂ ਸੀਗੀ। ਉਸ ਦੇ ਨਾਲ ਮੈਂ ਤੋਂ ਚੇਅਰਪਰਸਨ ਪਹਿਲਾਂ ਦੱਸਿਆ ਵੀ ਕਿਸੇ ਸੰਸਕਾਰ ਵਿੱਚ ਵੀ ਜਾ ਕੇ ਆਏ, ਸਾਰੇ ਮਿੱਤਰ ਦੋਸਤਾਂ ਨੂੰ ਮਿਲ ਕੇ ਆਏ ਔਰ ਰਾਤ ਨੂੰ ਕ੍ਰਿਸ਼ਨ ਨਾਟਕ ਦੇਖਦੇ ਹਾਂ, ਉਹ ਵੀ ਦੇਖਿਆ। ਗੱਲ ਕਹਿਣ ਦਾ ਮੇਰਾ ਭਾਵ ਹੈ ਵੀ ਉਹਨੂੰ ਜਿਹੜੀ ਮੌਤ ਆਈ ਉਹ ਸਾਧੂ ਸੰਤਾਂ ਵਾਲੀ ਆਈ ਹੈ,
एक बहाना बनिया, पर फिर भी इस परिवार तो रिहा नहीं गया। फिर भी नवा शहर लैके गए, पर उन्होंने कहा नहीं, इसका 15-20 मिनट हो गए भी इन्हों का हो गया। इस तो पहला जे 20-25 दिन पहला लड़की सप्ता जी और दमाद 20-25 दिन पहले कनेडा गए थे, पर फिर उन्होंने जोड़ा वापस आना पाया। मेरे ना काफ़ी गल् कर लेंगे सके, असं जरूर जाते थे, पर उन्होंने जी तैयारी सी कनेडा जाने की सी। मैं कहते कनेडा जाना, तुम भी नाल मैं चलो। मैं बड़ा कहना, मैं कहा चलो तुम पहला चलो, फिर मैं आऊँगा। कहने इकट्ठे चलना, पर तैयारी कनेडा की की, परमात्मा ने तैयारी किसी होर पास कर दी। जो परमात्मा मंजूर है होना उ है, पर मैं अज शहर वासियों का भी धन्यवाद करता हाँ। टिंकू जी ने वैसे मैं जो इकट्ठे होना असं यही कहना कि टिंकू इलाके का विकास करना, शहर का विकास करना, लोग याद करना, पर यह उसी लिहाज से चलिया वा। टिंकू जी पूरा इलाके का बड़ा चौर का विकास कर रहा, मैं शहर वासियों का बड़ा धन्यवाद करना हाँ, जिन्हें कि इन्होंने ये कंधिया तो जिम्मेवारी सौंपी हैगी है। अज मैं हमेशा ही उन्होंने इलाके की विकास के वास्ते काम कहना, होर कोई काम नहीं कहना। अज इन्होंने लक्ष्य मिंटू जी आए, मेरे ख्याल अजे 8-9 महीने ही होए, तो इंतजार उत्थे करते सके फादर जी उत्थे आए, पर आना इन्होंने कोई होर पास पै गया। पर भाई मौत टल सच्चाई है, मौत को अगे पिछे कोई कर नहीं सकिया, पर अज का इकट्ठ दसदा है भी सुदेश नाला जी ने क्या कुछ करके गए, क्या कमाई की है। पर अज उन्होंने सपुत्रां नूं भी पता लग जाता, जिहां सरदार महा सिंह ने जा कहा भाई सपुत एक कपुत होंगे एक सपुत, सच मनो इन्हां दे दोनों सपुत्र जिहड़े हैगे सपुत है, जिन्होंने एक कनेडा दे विच बहुत बड़ा नाम बनाया साढ़े बड़ा चौर साढ़े पूरे इलाके का। टिंकू घई जी ने जिहड़ा हैगा पूरे बड़ा चौर नहीं मैं कह सकता, मैं तो पूरे जिले के कह सकता या पंजाब दे विच भी प्रधाना विच बहुत उन्होंने महसूस किया कि अज कई परिवार जिहड़ी तकलीफ हुई है ये आपां दुख चल के बंडना। सो मेरा लंबी गल ना करता होया मैं ये कहना चाहना है कि ये दुख असह ते अकह हुंदा है, पर इहदे च कीता कुछ नहीं जा सकता, ये आखिर बर्दाश्त करना पैंदा। जाना सब ने, कबीर जी कहते वैद बुआ रोगी बुआ बुआ कुल संसार, ना वैद ने रहना ना रोगी ने रहना। और आखिर दे विच ये साढ़े धार्मिक ग्रंथ, चाहे पवित्र गुरु ग्रंथ साहब है, चाहे पवित्र गीता है, चाहे गरुड़ पुराण है, इन्हों का मकसद भी यही है कि किसी ना किसी ढंग नाल इंसान का जिहड़ा मनोबल है वो ठीक किया जाए, उन्हों हकीकत तो वाकफ कराया जाए। और उस हकीकत को वाकफ कराने वास्ते कबीर साहब कहते कहते बहुत दूर चले गए, कहते अवर बूए तो सोग करीजा तो करीजा जो आप जीजा, वो कहते भाई किसी होर दे जाण दा तां सोग तां करिए, जे आपां ना जाणा होया तो जिथे सुदेश जी गए है उत्थे आपां सारिया ने जाणा। सो ये सारा जिहड़ा सिलसिला ये सारा ताणा बाणा इसे करके तस्मै श्री गुरुवे नमः। कृष्णाय वासुदेवाय देवकी नंदनाय च नंदगोप प्रसूताय श्री गोविंदाय नमो नमः। मंगलं भ
मंगलम गरुड़ध्वज मेरे प्रभु राम जय जय राम। ओम सर्वे भवन्तु सुखिनः सर्वे सन्तु निरामयः सर्वे भद्राणि निपश्यन्तु मा कश्चित् दुःखभाग्भवेत्। पूर्णमाय पूर्णमेवं विशिष्यते गोविन्दं गोविन्दं भज मूढमते दिनरपि रजनीशाय प्रातः शिशिरवसन्तो पुनरायात् दिनरपि रजनीशाय प्रातः शिशिरवसन्तो पुनरायात् कालक्रीडति गच्छति आयो तदपि न मुञ्चति आशावायो। भज गोविन्दं भज गोविन्दं गोविन्दं भज मूढमते भज गोविन्दं भज गोविन्दं गोविन्द भज मूढमते जठरे शयनं पुनरपि जननं पुनरपि मरणं पुनरपि जननी जठरे शयनं इह संसारे खलदोषारे कृपया पारे पाहि मुरारे। भज गोविन्दं भज गोविन्दं गोविन्दं भज मूढमते पुनरपि मरणं जठरे शयनं बाल्यावस्थावो क्रीडाशक्त तरुणावस्थावो तरुणीरक्त वृद्धावस्थावो बन्ही पृष्ठे भानु रात्रो जिमु कशमर बिद जानु करदल भिक्षा तरुदल पाश भज गोविन्दं गोविन्दं भज मूढमते भज गोविन्दं। गरीबों के लिए मसीहा समाज के लिए देश के लिए बहुत इन्होंने अपने जीवन में अपने जीवन को जो है समर्पण किया। ऐसे धर्मात्मा श्री स्वर्गीय सुदेश गई जी आज हम सबको इस परिवार को सभी को छोड़ करके पंच तत्व में विलीन हो गए हैं। उनकी कृति उनका योगदान उनकी सेवा इस समाज में आप हम सब में हमेशा जो जीवित रहेगी। मनुष्य शरीर से चला जाता है पर उसके योगदान उसकी कृतियाँ हमेशा जो है आपके हमारे बीच में रहती हैं उनका प्यार उनका योगदान। तो स्वर्गीय श्री सुदेश कहे जी स्वर्ग में गए होंगे उनको मोक्ष प्राप्त हो गया होगा किसी प्रकार की कोई संदेह वाली बात नहीं है क्योंकि ऐसे सज्जन ऐसे धर्मात्मा स्वर्ग नहीं जाएंगे तो कौन जाएगा। तो श्री सुदेश घई जी की आत्मिक शांति के लिए ज्ञात अज्ञात दोष निवारण के लिए सकल पाप क्षय के लिए सदगति के लिए परिवार वर्ण के पुत्रों ने श्री गर्व पुराण जी का जो है पाठ रखवाया जो मैंने एक हफ्ता तक जो है इसका पाठ किया उनकी आत्मिक शांति के लिए। और उस गर्व पुराण के कुछ अंश है कुछ अवशिष्ट पेज हैं जो आप सभी को जो यहाँ पर सुनाऊंगा। उसके बाद जो है यहाँ पर बैठे हुए हैं दूर से आए हुए तो आपको कथा सुनाएंगे संगीत सुनाएंगे
भजन करेंगे उससे आत्मा को शांति प्राप्त हो, वो स्वर्ग ले जाए और उनको मोक्ष प्राप्त हो और उनका जो परिवार है उनके पुत्र है बहुत आगे बढ़े। भगवान की बड़ी कृपा इस परिवार के ऊपर है, जिस तरह से परमात्मा ने ईश्वर ने इस परिवार के ऊपर कृपा की है उसी तरह से आगे भी ये कृपा इस परिवार में बनी रहे। भगवान इस परिवार को फलाए फुलाए आगे बढ़ाए। इतना कहते हुए अपना जो शब्द है यही विश्राम देता हूँ। स्वर्गीय श्री सुदेश गिरी जी को उनकी आत्मा को यह श्रद्धांजलि। ओम शांति ही, ओम शांति ही, ओम शांति। कोटा ब्रह्मंडा दा
स्वामी सबना नू देना है अंतरयामी कोटा ब्रह्मंडा दा मालिक तू स्वामी सबना नू देना है अंतरयामी तू देंदा नहीं थकदा युग परीति नो दाता तुम
सतगुरु मैं तेरी पतन हवा बिच उड़ती जावांगी उड़ती जावांगी तू डोर मत्थों छटी ना मैं कटी जावांगी सतगुरु मैं तेरी पतन सतगुरु मैं तेरी पतन हवा बिच उड़ती जावांगी तू डोर मत्थों छटी ना मैं कटी जावांगी सतगुरु मैं तेरी पतंग बड़ी मुश्किल दे नल मिलता तेरा द्वारा है तेरा द्वारा है बड़ी मुश्किल दे नल मिलता तेरा द्वारा है सन तेरा सहारा है एक तेरे ही भरोसे तेरे ही भरोसे हवा विच उड़ती जावांगी तू डोर हथों छटी ना मैं कटी जावांगी सतगुरु मैं मैनू दूर हटावी ना कदी दूर हटावी ना इन्ना चरण कमला नालो दूर हटावी ना मैं दूर हटावी ना झूठे जग दे अंदर फेरा पावी ना मैं मुड़ मुड़ लियावी ना दूर हटावी ना जे कट गई ते सतगुरु जे कट गई ते सतगुरु असी मलिया बुहा के तेरे द्वार दा हाथ रख दे तू एक वारी साडे सिर ते प्यार दा असी मलिया बुहा के तेरे द्वार दा अज तेरे द्वार दा हाथ रख दे तू एक वारी सिर ते प्यार दा साढ़े सिर ते प्यार दा फिर जन्म मरण दे चक्कर तो फिर जन्म मरण दे चक्कर तो मैं बची जावांगी साइया डोर मत्थों छटी ना मैं कटी जावांगी सतगुरु मैं तेरी पतन सतगुरु मैं तेरी पतन हवा विच उड़ती जावांगी डोर मत्थों छटी ना मैं कटी जावांगी सतगुरु मैं तेरी पतन सतगुरु मैं तेरी पतन सतगुरु मैं तेरी ना तू पुरैणी ना छा बंदिया हर शैने एक दिन मुक जाना शैने एक दिन मुक जाना रहना रब दा ना बंदिया बंदिया Thank you.
तू क्या रोने मोहे एक दिन ऐसा आएगा मैं रो दूंगी तो है आज मिट्टी पैरा थले है कल मिट्टी थले तू होना जद पता मैं एक दिन टुर जाना फिर कादे नहीं रोना तूने ले गुरां दा ना बंदिया तू जप ले रब दा ना बंदिया हर शैन एक दिन मुक जाना हर शैन एक दिन मुक जाना रहना रब दा ना बंदिया ना तुक रैणी ना छा बंदिया सुख में करे न कोई जो सुख में सुमिरन करे तो दुख कावे कोई तू मुंह रब रब कर दाए कदे तो अंदरों भी करिया करे आगाह अपनी मौत से कोई बशर नहीं आगाह अपनी मौत से कोई बशर नहीं सामान सौ वर्ष का पल की खबर नहीं कोई कहता है तेरा धन माल कितना है कोई कहता है जाहो जलाल कितना है कोई कहता है तेरा परिया कदे अमल भी उसने करिया कर कुल दिन हाथ तेरी थाम गया कुल दिन हाथ तेरी थाम गया हर शैन एक दिन मुक जाना हर शैन एक दिन मुक जाना रहना रब दा ना बंदिया ना टुक रहनी ना शाम बंदिया प्रार्थना स्वामी उपस्थित मंच पर विराजमान पूज्य पंडित जी महाराज आज हम सब एक ऐसी महान आत्मा को याद करते हुए यहाँ पर उपस्थित हैं यहाँ बैठे हैं जिनके नाम के चर्चे जिनकी अच्छाइयाँ जिनके गुण शब्दों में हुए हैं और हम सब उनके लिए पुष्पांजलि जो कि पुष्पों से चढ़ा रहे हैं श्रद्धांजलि जो अपनी श्रद्धा से आज यहाँ बैठे हैं और भावांजलि
जो भजन गा करके भगवान चरणों में अर्पण कर रहे हैं। दिल के जितने हैं अरमान चले जाते हैं, सामान चले जाते हैं, बस यादें रह जाती हैं दुनिया में, और देखते देखते इंसान चले जाते हैं। हटते हलाल वाली रुखी सुखी कावा में जदो कुछ पावा साईया और चुप जावा में, जदो कुछ पावा साईया और चुप जावा में, नीमा पर मेरी जीवन में भी कहा जाए यार। और वो जब भी मालिक से याद करते थे, मालिक की प्रार्थना करते थे, दो चीजें उनसे जरूर मांगते थे और यही कहते थे, पागा वाली तेरी मेरी जदो मुलाकात होवे, औकात विच रखी चंगे चागे मारे, चंगे चागे मारे हालात विच रखी मैनू मेरे मालिक, औकात विच रखी मैनू मेरे मालिक, औकात विच रखी। ये कुछ उनके स्वभाव की बातें थी जो मैंने एक भजन में आपको सुनाई है। आज आया हुआ यहां पर हर व्यक्ति बड़े बड़े प्रतिष्ठित और बड़े बड़े अहदेदार आज इस प्रार्थना सभा में सम्मिलित हैं। हमारे पूज्य माता जी श्रीमती कमलेश रानी जी गई, आज जिनके दिल में बार बार रह करके उनके प्यार की याद और साथ बिताए हुए जीवन के वो पल याद आ रहे हैं। और मैं तो यही कहूंगा के रब्बा मरण न कदी मसूम बच्चे, हे मेरे परमात्मा न कदी मसूम बच्चे ते मेल टुटन ना सकिया पाया, निके बच्चियां दिया ना मरण मावा ते पुत्र मरण ना पुठियां माइयां दे, वीर मरण ना पैना प्यारियां दे ते पति मरण ना सजवे आइयां दे, उस ईश्वर दे लिखे नू कौन टाले जेड़ा लिख दे लेख खुदाइयां दे। सुनो भरत भावी प्रबल विलक कहो मुनिनाथ, हानि लाभ जीवन मरण यश और अपयश विधि हाथ, ये रचना तो उस परमात्मा के हाथ में है और ये जिंदगी का जो दीपक है, हम अगर कोई जोत जगाते हैं, कोई दीवा जगाते हैं, उसमें कितना तेल डाला है और वो कितनी तेल जलेगा ये हमें पता होता है, लेकिन इस जिंदगी के दीपक बुझ जाना दीवा जनो मुक जाना तेल,
ਜੀਵੇ ਦਿਲੋਂ ਵਾਂਗੂ ਜ਼ਿੰਦਗੀ ਦਾ ਖੇਲ ਪੁੱਛ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲ ਦੀਵੇ ਦਿਲੋਂ ਵਾਂਗੂ ਜ਼ਿੰਦਗੀ ਦਾ ਖੇਲ ਪੁੱਛ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲ ਦੀਵੇ ਦਿਲੋਂ ਵਾਂਗੂ ਜ਼ਿੰਦਗੀ ਦਾ ਖੇਲ ਬੁੱਝ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲ ਆਪੇ ਫਲ ਪੌੜਾਈ ਨੇਕੀ ਤੇ ਬਦੀ ਵਾਲਾ ਹੋਣਾ ਜਦੋਂ ਮੇਲ ਪੁੱਛ ਜਾਣਾ ਦੀਵਾ ਜਦੋਂ ਮੁੱਕ ਜਾਣਾ ਤੇਲ ਦੀਵੇ ਦਿਲੋਂ ਵਾਂਗੂ ਜ਼ਿੰਦਗੀ ਦਾ ਖੇਲ ਪੁੱਛ ਜਾਣਾ ਦੀਵਾ ਜਦੋਂ ਸਫ਼ਰ ਵੀ ਕਰਨਾ ਹੋਵੇ ਅਸੀਂ ਰਸਤੇ ਦਾ ਸਾਰਾ ਸਮਾਨ ਤਿਆਰ ਕਰ ਲੈਂਦੇ ਹਾਂ, ਉਸ ਰਸਤੇ ਦਾ ਕੋਈ ਵੀ ਇੰਤਜ਼ਾਮ ਅਸੀਂ ਨਹੀਂ ਕੀਤਾ। ਕਿਸੇ ਰੋਂਦੇ ਨੂੰ ਹਸਾਈ ਤੇ ਦੱਸ ਖਾਂ, ਉਠਾਈ ਤੇ ਦੱਸ ਖਾਂ, ਭੁੱਖੇ ਨੂੰ ਖਵਾਏ ਤੇ ਦੱਸ ਖਾਂ, ਦਿਲੋਂ ਮੈਲ ਨੂੰ ਹਟਾਈ ਤੇ ਦੱਸ ਖਾਂ। ਲੇਕਿਨ ਬੰਦੇ ਇਸਮੇ ਸੇ ਕੋਈ ਕਾਮ ਵੀ ਤੂਨੇ ਨਹੀਂ ਕੀਆ, ਔਰ ਧਰਮ ਰਾਜ ਜਬ ਲੇਖਾ ਮਾਂਗੇ ਤੂੰ ਕਿਆ ਮੁੱਖ ਲੈ ਕੇ ਜਾਵੇਗਾ। ਬੰਦਿਆ ਮੁਸਾਫਰ ਨਾਮ ਵਾਲੀ ਗੱਡੀ ਪੈ ਜਾ ਸੌਖਾ ਹੋ ਕੇ ਜਾਵੇਗਾ। ਬੰਦਿਆ ਮੁਸਾਫਰੀ ਚ ਬੜਾ ਪਛਤਾਵੇਗਾ, ਨਾਮ ਵਾਲੀ ਗੱਡੀ ਪੈ ਜਾ ਸੌਖਾ ਹੋ ਕੇ ਜਾਵੇਗਾ।